गुड मॉर्निंग बेटे। गुड मॉर्निंग। हुन बेटे ऐसी जेड़े ने 2021 दा जेड़े ने पेपर डिस्कस कर रहे हैं। 2021 दा पेपर जेड़ा साडे कोल नेशनल मीन्स कम मेरिट स्कॉलरशिप दा एग्जाम होया सी, जां असीं कह लैने आ पंजाब स्टेट टैलेंट सर्च एग्जामिनेशन जेड़े ने 2021 च जो पेपर आया सी, ओ पेपर जेड़े ने असीं तुहाडे नाल डिस्कस कर रहे हैं। किस तरह दा सी पेपर, किन्ने क्वेश्चन आए सी, इहदे च तुसीं देखोगे साडे कोल जेड़े ने ओवें ही है। कुल अंक 180 है, 180 अंक का यह पेपर है। समा सानू जेड़े ने 3 आवर्स मिलने ने, इन्दे विच ओवें ही साडे कोल ने 2 पार्ट्स ने, एक मैट दा एक सैट दा। मैट दे विच भी जेड़े ने 90 क्वेश्चन ने ते सैट दे विच भी 90 क्वेश्चन ने। हुण इह क्वेश्चन जेड़े ने 2021 विच आए सी, किस तरह दे क्वेश्चन आए सी, ओह तुहाडे नाल जेड़े ने मैं डिस्कस कर रिहा। हुण आ देखो, आ साडे कोल एक पेपर दे विच सानू रफ वर्क करन लई भी एक जेड़े ने ब्लैंक पेज मिलेगा। असीं रफ वर्क करना तां इस ब्लैंक पेज ते असीं रफ वर्क कर सकदे आ। उस तों बाद जेड़े ने साडे कोल आ मैट दा पेपर स्टार्ट हो गया। मैट दे विच देखो, आ साडे कोल दित्ता होया है एक फिलिंग दा ब्लैंक्स टाइप क्वेश्चन दित्ते होए ने। फिलिंग दा ब्लैंक्स जे सीरीज देखोगे ਤਾਂ ਸੀ 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 ਫਿਰ ਏ ਹੈ। ਇਹਦਾ ਮਤਲਬ ਜਿਹੜੇ ਨੇ ਏ ਤੋਂ ਬਾਅਦ ਕੀ ਆਉਣਾ ਹੈ, ਸੀ ਆਉਣਾ ਹੈ। ਏ ਤੋਂ ਬਾਅਦ ਸੀ ਆਉਣਾ ਹੈ, ਤੇ ਜਿਹੜੇ ਨੇ ਇੱਥੇ ਜਿਹੜੇ ਨੇ ਸਾਡੇ ਕੋਲ ਸੀ ਆਏਗਾ। ਇਸ ਬੇਸ ਤੇ ਅਸੀਂ ਇਸ ਪੈਟਰਨ ਨੂੰ ਦੇਖਣਾ ਹੈ। ਇਸ ਪੈਟਰਨ ਨੂੰ ਦੇਖ ਕੇ ਜਿਵੇਂ ਹੁਣ ਦੇਖੋ, ਆਹ ਪੈਟਰਨ ਹੈ, ਕੰਪਲੀਟ ਹੈ। ਏ ਏ ਤੋਂ ਬਾਅਦ ਬੀ ਹੈ, ਬੀ ਤੋਂ ਬਾਅਦ ਫਿਰ ਬੀ ਹੈ, ਫਿਰ ਸੀ ਹੈ। ਹੁਣ ਇਸ ਪੈਟਰਨ ਚ ਵੀ ਦੇਖੋ ਕੀ ਲਿਖਿਆ, ਬੀ ਬੀ ਫਿਰ ਸੀ। ਇਸ ਪੈਟਰਨ ਚ ਦੇਖੋ, ਬੀ ਤੋਂ ਬਾਅਦ ਕੀ ਹੈ, ਸੀ, ਸੀ ਤੋਂ ਬਾਅਦ ਕੀ ਹੈ, ਏ, ਫਿਰ ਕੀ ਹੈ, ਬੀ ਬੀ, ਬੀ ਬੀ ਤੋਂ ਬਾਅਦ ਕੀ ਹੈ, ਇੱਥੇ ਸੀ ਆਊਗਾ। ਹੁਣ ਇਹਦੇ ਚ ਸੀ ਕਿੰਨਾ ਜ਼ਿਆਦਾ ਪਿਆ, ਇਸ ਚ ਵੀ ਸੀ ਆ ਰਿਹਾ ਹੈ, ਇਸ ਚ ਸੀ ਆ ਰਿਹਾ, ਪਰ ਇਹਨਾਂ ਚ ਸੀ ਨਹੀਂ ਆ ਰਿਹਾ। ਇਹਦਾ ਮਤਲਬ ਇਹਨਾਂ ਦੋਨਾਂ ਵਿੱਚੋਂ ਇੱਕ ਆਨਸਰ ਹੋਏਗਾ। ਜੇ ਬੀ ਤੋਂ ਬਾਅਦ ਦੇਖੀਏ ਸੀ ਹੈ, ਆ ਵੀ ਸੀ ਹੈ, ਆ ਵੀ ਸੀ ਹੈ, ਤੇ ਸੀ ਭਰ ਦਿਆਂਗੇ। ਸੀ ਤੋਂ ਬਾਅਦ ਕੀ ਹੈ, ਸਾਡੇ ਕੋਲ ਏ ਹੈ, ਇਹਦੇ ਚ ਏ ਹੈ, ਇਹਦੇ ਚ ਵੀ ਏ ਹੈ। ਏ ਤੋਂ ਬਾਅਦ ਕੀ ਹੈ, ਏ ਤੋਂ ਬਾਅਦ ਸਾਡੇ ਕੋਲ ਬੀ ਹੈ। ਹੁਣ ਇਹਦੇ ਚ ਬੀ ਹੈ, ਪਰ ਇਹਦੇ ਚ ਕੀ ਹੈ, ਸੀ ਹੈ, ਤਾਂ ਇਸਦਾ ਮਤਲਬ ਆਨਸਰ ਕਿਹੜਾ ਬਣੇਗਾ, ਆ ਥਰਡ ਆਨਸਰ ਬਣੇਗਾ। ਇਸ ਤਰ੍ਹਾਂ ਦੇ ਪੈਟਰਨ, ਇਹਦੇ ਪੈਟਰਨ ਨੂੰ ਸਟੱਡੀ ਕਰਕੇ ਜਿਹੜੇ ਨੇ ਅਸੀਂ ਇਹ ਪਹਿਲੇ 3 ਕੁਐਸਚਨ ਜਿਹੜੇ ਨੇ ਇਸ ਟਾਈਪ ਦੇ ਸਾਨੂੰ ਆਏ ਸੀ। ਉਸ ਤੋਂ ਬਾਅਦ ਜਿਹੜੇ ਨੇ ਸਾਡੇ ਕੋਲ ਆ ਸੀਰੀਜ਼ ਵਾਲੇ ਕੁਐਸਚਨ ਆ ਗਏ। ਜਿਵੇਂ ਫਿਰ ਸੀਰੀਜ਼ ਚ ਕੀ ਦਿੱਤਾ, 41, 43, 47, 53, 59, ਫਿਰ ਬਲੈਂਕ ਹੈ। 41 ਚ ਜੇ ਅਸੀਂ ਜੋ 2 ਜੋੜੀਏ ਬਣ ਗਿਆ 43, 43 ਚ 4 ਜੋੜਿਆ 47, 47 ਚ 6 ਜੋੜਿਆ ਸਾਡੇ ਕੋਲ 53 ਹੋ ਗਿਆ, 53 ਚ ਜਿਹੜੇ ਨੇ ਫਿਰ ਅਸੀਂ 6 ਜੋੜਿਆ 59 ਹੋ ਗਿਆ। ਪਹਿਲਾਂ ਕਿੰਨਾ ਜੋੜਿਆ ਸੀ ਅਸੀਂ 2, 2 ਤੋਂ ਬਾਅਦ ਕਿੰਨਾ ਜੋੜਿਆ ਸਾਡੇ ਕੋਲ 4, 4 ਤੋਂ ਬਾਅਦ ਕਿੰਨਾ ਜੋੜਿਆ 6, 6 ਤੋਂ ਬਾਅਦ ਅਸੀਂ ਜਿਹੜੇ ਨੇ ਫਿਰ ਕਿੰਨਾ ਜੋੜਿਆ 6, 6 ਤੋਂ ਬਾਅਦ ਹੁਣ ਕਿੰਨਾ ਜੋੜਾਂਗੇ 8 ਜੋੜਾਂਗੇ, 8 ਜੋੜਾਂਗੇ 59 ਚ 8 ਜੋੜਾਂਗੇ ਤਾਂ ਸਾਡੇ ਕੋਲ ਕੀ ਬਣ ਜਾਏਗਾ 67। ਇਸ ਤਰ੍ਹਾਂ ਦੇ ਜਿਹੜੇ ਨੇ ਸਾਡੇ ਕੋਲ ਸੀਰੀਜ਼ ਦੇ ਜਿਹੜੇ ਨੇ ਕੁਐਸਚਨ ਆਣਗੇ। ਜਿਵੇਂ ਮੈਂ 7th ਕੁਐਸਚਨ ਦੀ ਗੱਲ ਕਰਦਾ, 720 ਹੈ, 720 ਨੂੰ ਅਸੀਂ ਜਿਹੜੇ ਨੇ 6 ਨਾਲ ਡਿਵਾਈਡ ਕੀਤਾ 120 ਆ ਗਿਆ, 120 ਨੂੰ 5 ਨਾਲ ਡਿਵਾਈਡ ਕੀਤਾ 24 ਆ ਗਿਆ, 24 ਨੂੰ ਜਿਹੜੇ ਨੇ 4 ਨਾਲ ਡਿਵਾਈਡ ਕੀਤਾ 6 ਆ ਗਿਆ, 6 ਨੂੰ ਜਿਹੜੇ ਨੇ ਅਸੀਂ ਡਿਵਾਈਡ ਕਰਾਂਗੇ 3 ਨਾਲ 2 ਆ ਜਾਏਗਾ, 2 ਨੂੰ ਡਿਵਾਈਡ ਕਰਾਂਗੇ 2 ਨਾਲ ਤਾਂ ਸਾਡੇ ਕੋਲ ਆ ਗਿਆ 1। ਹੁਣ 1 ਨੂੰ ਕਿੰਨੇ ਨਾਲ ਡਿਵਾਈਡ ਕਰਾਂਗੇ, 1 ਨੂੰ 1 ਨਾਲ ਡਿਵਾਈਡ ਕਰਾਂਗੇ ਤਾਂ ਸਾਡੇ ਕੋਲ ਆਨਸਰ ਬਣੇਗਾ। ਇਸ ਤਰ੍ਹਾਂ ਦੇ ਜਿਹੜੇ ਨੇ ਸਾਡੇ ਕੋਲ ਸੀਰੀਜ਼ ਦੇ ਟਾਈਪ ਦੇ ਕੁਐਸਚਨ ਨੇ। ਹੁਣ ਜਿਵੇਂ ਮੰਨ ਲਓ ਸਾਡੇ ਕੋਲ ਆਲਫਾਬੈਟ ਟਾਈਪ ਕੁਐਸਚਨ ਆ ਗਏ, ਇਹ ਵੀ ਸੀਰੀਜ਼ ਦੇ ਨਾਲ ਰਿਲੇਟਿਡ ਨੇ, ਸੀਰੀਜ਼ ਦੇ ਬੇਸ ਤੇ ਅਸੀਂ ਇਹਨਾਂ ਕੁਐਸਚਨਾਂ ਨੂੰ ਹੱਲ ਕਰ ਸਕਦੇ ਹਾਂ। ਉਸ ਤੋਂ ਬਾਅਦ ਜਿਹੜੇ ਨੇ ਸਾਡੇ ਕੋਲ ਜਿਵੇਂ ਆ ਗਿਆ, ਹੁਣ ਚੂਜ਼ ਦਾ ਵਰਡ ਵਿਚ ਇਜ਼ ਲੀਸਟ ਲਾਈਕ ਦਾ ਅਦਰ ਵਰਡ ਇਨ ਦਾ ਗਰੁੱਪ। ਹੁਣ ਇਸ ਗਰੁੱਪ ਦੇ ਵਿੱਚ ਜਿਹੜੇ ਨੇ ਅਦਰ ਜਿਹੜੇ ਨੇ ਲੀਸਟ ਜਿਹੜੇ ਨੇ ਸਾਡੇ ਕੋਲ ਕਿਹੜਾ ਆਏਗਾ, ਤਾਂ ਮੀਨਸ ਸਾਡੇ ਕੋਲ ਜਿਵੇਂ ਆ ਗਿਆ ਰੇਨ ਹੈ, ਸਟ੍ਰੋਮਸ ਹੈ, ਅਰਥਕੁਇਕ ਹੈ, ਰਾਇਟਸ ਹੈ, ਤਾਂ ਇਸਦਾ ਮਤਲਬ ਸਾਡੇ ਕੋਲ ਆਹ ਚੀਜ਼ ਜਿਹੜੀ ਹੈ ਇਸ ਤੋਂ ਜਿਹੜੀ ਹੈ ਡਿਫਰੈਂਟ ਹੈ, ਜਿਹੜੀ ਅਸੀਂ ਇਸ ਗਰੁੱਪ ਦੇ ਵਿੱਚ ਜਿਹੜੀ ਹੈ ਡਿਫਰੈਂਟ ਹੈ। ਜਿਵੇਂ ਰੋਣ ਦਿੱਤਾ, ਵਰਖ ਹੈ, ਭੂਚਾਲ ਹੈ, ਤੂਫਾਨ ਹੈ, ਇਹ ਕੁਦਰਤੀ ਚੀਜ਼ਾਂ ਨੇ। ਆਹ ਦੰਗੇ ਜਿਹੜੇ ਨੇ ਸਾਡੇ ਕੋਲ ਕੁਦਰਤੀ
नहीं ऐसी कह सकते तो इसका मतलब साडा जिहड़े ने वर्ड्स की हो गया डिफरेंट हो गया। हुण जिवें आ क्वेश्चन है साडे कोल भारत है श्रीलंका है इस्लामाबाद है नेपाल है। सानू पता है भारत भी कंट्री है श्रीलंका भी कंट्री है नेपाल भी कंट्री है पर इस्लामाबाद जिहड़ी है ये पाकिस्तान की कैपिटल है तो मतलब साडे कोल की हो गया डिफरेंट हो गया। इस टाइप के जिहड़े ने क्वेश्चन आ जांदे ने जिवें सही शब्द चुनो जो दित्ते हुए शब्दों के अखर तो बनिया हो सू एक शब्द दिता है हूँ आ जिहड़े ने शब्द इस शब्द तो बने ने पर एक इन्हां विचों अजिहा शब्द जिहड़े ने चुनो जो दित्ते हुए शब्द अखर तो बने है जिहड़ा इस इन्हां तो बने है। हुण इहनू वेखिए डी हैगा आई हैगा ए हैगा ई हैगा सी हुण इहदे विच वेखो सी हैगा सी नहीं है ना इहदा मतलब इह शब्द इहदे तो नहीं बने क्यों क्योंकि इहदे च सी नहीं हैगा। एवें जिहड़े ने असीं अखर जिहड़े ने चैक करने ने जिवें उहनां सानूं दित्ता है ब्ल्यू 160 ਤਾਂ ਬੁੱਕ ਦਾ ਕੀ ਨੰਬਰ ਹੋਏਗਾ। ਹੁਣ ਬਲੂ ਇਹ ਸਾਨੂੰ ਅਲਫਾਬੈਟ ਜਿਹੜੇ ਨੇ ਦੇਖਣੇ ਪੈਣੇ ਨੇ ਅਲਫਾਬੈਟ ਤੇ ਉਹਨਾਂ ਦੇ ਨੰਬਰ ਦੇਖਣੇ ਪੈਣੇ ਨੇ 160 ਕਿਵੇਂ ਬਣੇ ਆ। ਜੇ ਮੈਂ ਇਹਦੀ ਗੱਲ ਕਰਾਂ ਓ ਐਨ ਈ ਓ ਦਾ ਨੰਬਰ ਅਲਫਾਬੈਟ ਦੇ ਵਿੱਚ ਹੁੰਦਾ 15 ਐਨ ਦਾ ਨੰਬਰ ਹੁੰਦਾ 14 ਈ ਦਾ ਨੰਬਰ ਹੁੰਦਾ 5 ਆਹ ਸਾਡੇ ਕੋਲ ਬਣ ਗਿਆ ਆਹ ਅੱਖਰ ਬਣ ਗਿਆ ਕਿੰਨੋ 1 ਤੋਂ 2 ਤੋਂ ਕਿੰਨਾ ਬਣੇਗਾ। ਹੁਣ ਉਹ ਜਿਹੜੇ ਨੇ ਸਾਨੂੰ ਅੱਖਰ ਜਿਹੜੇ ਨੇ ਦੇਖਣਾ ਪੈਣਾ ਟੀ ਕਿੰਨੇ ਨੰਬਰ ਤੇ ਹੈ ਡਬਲਯੂ ਕਿੰਨੇ ਨੰਬਰ ਤੇ ਹੈ ਓ ਕਿੰਨੇ ਨੰਬਰ ਤੇ ਹੈ। ਇਸ ਤਰ੍ਹਾਂ ਦੇ ਜਿਹੜੇ ਨੇ ਸਾਡੇ ਕੋਲ ਜਿਹੜੇ ਨੇ ਇਹ 90 ਕੁਸਚਨ ਜਿਹੜੇ ਨੇ ਸੀਰੀਜ਼ ਟਾਈਪ ਮੈਂਟਲ ਅਬਿਲਿਟੀ ਟਾਈਪ ਜਿਹੜੇ ਨੇ ਇਹ ਕੁਸਚਨ ਹੋਣਗੇ ਜਿਨ੍ਹਾਂ ਨੂੰ ਅਸੀਂ ਟਾਈਮ ਲਿਮਿਟ ਦੇ ਵਿੱਚ ਜਿਹੜੇ ਨੇ ਪੂਰਾ ਕਰਨਾ। ਉਸ ਤੋਂ ਬਾਅਦ ਜਿਹੜੇ ਨੇ ਸਾਡੇ ਕੋਲ ਆ ਜਾਣਗੇ ਮੈਥ ਦੇ ਕੁਸਚਨ। ਮੈਥ ਦੇ ਕੁਸਚਨਾਂ ਦੀ ਵੀ ਜਿਹੜੇ ਨੇ ਗੱਲ ਕਰੀਏ ਹੁਣ ਜਿਵੇਂ ਆਹ ਕੁਸਚਨ ਆ ਗਿਆ ਵਿੱਚ ਉਹਦਾ ਫੋਲੋਇੰਗ ਈਅਰ ਇਜ਼ ਏ ਲੀਪ ਈਅਰ ਇਹਨਾਂ ਹੇਠ ਲਿਖੇ ਸਾਲਾਂ ਵਿੱਚੋਂ ਲੀਪ ਦਾ ਸਾਲ ਕਿਹੜਾ ਹੈ ਸਾਨੂੰ ਪਤਾ ਹੈ ਉਹ 4 ਨਾਲ ਅਸੀਂ ਡਿਵਾਈਡ ਦੇਖਦੀ ਹੈ ਜਿਹੜਾ 4 ਨਾਲ ਡਿਵਾਈਡ ਹੁੰਦਾ ਜਾਂ ਨਹੀਂ ਹੁੰਦਾ ਉਹਦੇ ਤੋਂ ਜਿਹੜੇ ਨੇ ਅਸੀਂ ਲੀਪ ਈਅਰ ਜਿਹੜੇ ਨੇ ਚੈੱਕ ਕਰ ਸਕਦੇ ਹਾਂ। ਜੇਕਰ ਕਿਸੇ ਸਾਲ 25 ਨਵੰਬਰ ਨੂੰ ਵੀਰਵਾਰ ਹੋਵੇ ਤਾਂ ਉਸੇ ਸਾਲ ਨਵੰਬਰ 'ਚ ਕਿੰਨੇ ਸੋਮਵਾਰ ਹੋਣਗੇ। ਹੁਣ ਇੱਥੇ ਸਾਨੂੰ ਦੇਖਣਾ ਪੈਣਾ ਵੀ 25 ਨਵੰਬਰ ਨੂੰ ਜਿਹੜੇ ਨੇ ਵੀਰਵਾਰ ਹੈ ਤਾਂ ਮੀਨਸ ਸਾਡੇ ਕੋਲ ਨਵੰਬਰ ਦੇ ਮਹੀਨੇ 'ਚ ਕਿੰਨੇ ਸੋਮਵਾਰ ਆਉਣਗੇ ਉਹ ਅਸੀਂ ਚੈੱਕ ਕਰ ਸਕਦੇ ਹਾਂ। ਹੁਣ ਇਸ ਤੋਂ ਬਾਅਦ ਜਿਹੜੇ ਨੇ ਸਾਡੇ ਕੋਲ ਆ ਗਿਆ ਆਹ ਸਾਨੂੰ ਕੁਸਚਨ ਜਿਹੜੇ ਨੇ ਆ ਗਿਆ ਇੱਕ ਪਹਿਰਾ ਦੇ ਦਿੱਤਾ ਪਹਿਰਾ ਦੇ ਬੇਸ ਤੇ ਜਿਹੜੇ ਨੇ ਇਹ ਕੁਸਚਨ ਦਿੱਤੇ ਹੋਏ ਨੇ ਇਸ ਤਰ੍ਹਾਂ ਦੇ ਅਸੀਂ ਕੁਸਚਨ ਜਿਹੜੇ ਨੇ ਕਰ ਸਕਦੇ ਹਾਂ। ਉਸ ਤੋਂ ਬਾਅਦ ਆ ਸਾਡੇ ਕੋਲ ਜਿਹੜੇ ਨੇ ਆ ਗਏ ਜਿਹੜੇ ਨੇ ਮੈਂਟਲ ਅਬਿਲਿਟੀ ਬੇਸ ਕੁਸਚਨ ਜਿਵੇਂ ਆ ਗਏ ਦਿੱਤੇ ਗਏ ਤਰਬੂਜਾਂ ਦੀ ਗਿਣਤੀ ਦੱਸੋ। ਹੁਣ ਤਰਬੂਜਾਂ ਗਿਣਨੀਆਂ ਵੀ ਆਹ ਵੀ ਸਾਨੂੰ ਤਰਬੂਜਾਂ ਨਜ਼ਰ ਆਉਣੀਆਂ ਚਾਹੀਦੀਆਂ ਵੀ ਆਹ ਵੀ ਤਰਬੂਜਾਂ ਨੇ। ਜੇ ਆਹ ਕੰਪਲੀਟ ਤਰਬੂਜ ਹੈ ਤਾਂ ਆਹ ਵੀ ਜਿਹੜੀਆਂ ਨੇ ਤਰਬੂਜਾਂ ਨੇ। ਇਸ ਤਰ੍ਹਾਂ ਜਿਹੜੀਆਂ ਨੇ ਅਸੀਂ ਇਹਨਾਂ ਦੀਆਂ ਤਰਬੂਜਾਂ ਦੀ ਜਿਹੜੀ ਹੈ ਗਿਣਤੀ ਦੱਸ ਸਕਦੇ ਹਾਂ। ਹੁਣ ਇਹਦੇ ਵਿੱਚ ਜਿਹੜੇ ਨੇ ਚਿੱਤਰ ਵਿੱਚ ਵਰਗਾਂ ਦੀ ਗਿਣਤੀ ਦੱਸੋ। ਵਰਗ ਬਣੇ ਨੇ ਵੇਖਿਆ ਜਾਵੇ ਤਾਂ 1, 2, 3, 4, 5, 6, 7, 8, 9, 10 10 ਤਾਂ ਅਸੀਂ ਡਾਇਰੈਕਟ ਗਿਣ ਲਏ ਜਿਹੜੇ ਸਾਨੂੰ ਵਰਗ ਨਜ਼ਰ ਆ ਰਹੇ ਨੇ। ਹੁਣ ਇਹਦੇ ਵਿੱਚ ਹੋਰ ਵੇਖੋ ਕਿੰਨੇ ਵਰਗ ਛੁਪੇ ਹੋਏ ਨੇ ਜਿਹੜੇ ਛੁਪੇ ਨੇ ਉਹਨਾਂ ਦੀ ਗਿਣਤੀ ਜਿਹੜੀ ਨੇ ਕੈਲਕੂਲੇਟ ਕਰਕੇ ਅਸੀਂ ਦੱਸਣੀ ਹੈ। ਐਵੇਂ ਚਿੱਤਰਾਂ ਵਿੱਚ ਘਰਾਂ ਦੀ ਗਿਣਤੀ ਦੱਸੋ। ਇਹਨਾਂ ਦੇ ਵੀ ਇੱਕ ਮੈਥਡ ਹੁੰਦਾ ਫਾਰਮੂਲਾ ਹੁੰਦਾ ਜਿਹਦੇ ਬੇਸ ਤੇ ਅਸੀਂ ਜਿਹੜੇ ਨੇ ਘਰਾਂ ਦੀ ਗਿਣਤੀ ਜਿਹੜੀ ਹੈ ਕੈਲਕੂਲੇਟ ਕਰ ਸਕਦੇ ਹਾਂ। ਇਸ ਤਰ੍ਹਾਂ ਜਿਹੜੇ ਨੇ ਸਾਡੇ ਕੋਲ ਟੋਟਲ ਤੁਸੀਂ ਦੇਖੋਗੇ ਲਾਸਟ ਦੇ ਜਿਹੜੇ ਨੇ ਸਾਡੇ ਕੋਲ 90 ਕੁਸਚਨ ਜਿਹੜੇ ਨੇ ਉਹ ਕਹਿੰਦੇ ਨੇ ਮੈਥ ਦੇ। ਮੈਥ ਦੇ ਵਿੱਚ ਹੁਣ ਦੂਜਾ ਪਾਰਟ ਆ ਗਿਆ ਸਾਡੇ ਕੋਲ ਸੈਡ। ਸੈਡ ਦੇ ਵਿੱਚ ਸਬਜੈਕਟ ਕਿਹੜੇ ਆਉਣੇ ਨੇ ਸਾਡੇ ਕੋਲ ਸਾਇੰਸ ਵੀ ਆਉਣੀ ਹੈ SS ਵੀ ਆਉਣੀ ਹੈ ਤੇ ਜਿਹੜੀ ਹੈ ਸਾਡੇ ਕੋਲ ਮੈਥ ਹੈ SS ਹੈ ਸਾਇੰਸ ਹੈ। ਹੁਣ ਜਿਵੇਂ ਦੇਖੋ ਪਹਿਲਾ ਕੁਸਚਨ ਸਿੰਪਲ ਕੁਸਚਨ ਹੈ ਵਾਯੂਮੰਡਲੀ ਦਬਾਅ ਨੂੰ ਮਾਪਣ ਵਾਲੇ ਕਿਸ ਯੰਤਰ ਦੀ ਵਰਤੋਂ ਕੀਤੀ ਜਾਂਦੀ ਹੈ। ਸਾਨੂੰ ਪਤਾ ਹੈ ਵੀ ਵਾਯੂਮੰਡਲੀ ਦਬਾਅ ਜਿਹੜੇ ਨੇ ਅਸੀਂ ਕਿਹਦੇ ਨਾਲ ਮਾਪਦੇ ਹਾਂ। ਆਹ 4 ਚੁਆਇਸ ਦਿੱਤੀਆਂ ਹੋਈਆਂ ਨੇ। ਸਿੰਪਲ ਕੁਸਚਨ ਹੈ 7th ਕਲਾਸ ਦਾ ਜਿਵੇਂ ਕਰੰਟ ਦੀ SI ਇਕਾਈ ਕੀ ਹੈ ਸਾਨੂੰ ਇਹ ਵੀ ਤੇ ਪਤਾ ਹੈ ਵੀ ਕਰੰਟ ਦੀ ਇਕਾਈ ਕਿਹੜੀ ਹੁੰਦੀ ਹੈ। ਸਿੰਪਲ ਕੁਸਚਨ ਹੈ। ਉਸ ਤੋਂ ਬਾਅਦ ਰਮੇਸ਼ ਨੇ ਮੇਜ਼ ਤੇ ਪਈ ਇੱਕ ਕਿਤਾਬ ਨੂੰ ਧੱਕਿਆ ਕਿਤਾਬ ਥੋੜੀ ਦੂਰ ਚੱਲ ਕੇ ਰੁਕ ਗਈ ਅਜਿਹਾ ਕਿਸ ਕਾਰਨ ਹੋਇਆ। ਸਾਨੂੰ ਪਤਾ ਕੋਈ ਚੀਜ਼ ਰੁੜਦੀ ਹੈ ਜਾਂ ਜਿਹੜੇ ਮੰਨ ਲਓ ਆਪਾਂ ਕੋਈ ਧੱਕਾ ਮਾਰਦੇ ਹਾਂ ਕੁਛ ਦੂਰੀ ਤੇ ਜਾ ਕੇ ਰੁਕ ਜਾਂਦੀ ਹੈ ਕਿਸ ਕਾਰਨ ਰੁਕ ਜਾਂਦੀ ਹੈ ਸਾਡੇ ਕੋਲ ਰਗੜ ਬਲ ਦੇ ਕਾਰਨ ਜਿਹੜੀ ਉਹ ਚੀਜ਼ ਰੁਕ ਜਾਂਦੀ ਹੈ। ਹੁਣ ਜਿਵੇਂ ਇੱਕ ਪਾਤੀ ਕੋਣ 45 ਡਿਗਰੀ ਦਾ ਪਰਾਵਰਤਿਤ ਕੋਣ ਕਿੰਨਾ ਹੋਏਗਾ ਜਿਸ ਕੋਣ ਤੇ ਆ ਰਹੀ ਹੈ ਕਿਰਨ ਉਨੇ ਕੋਣ ਤੇ ਜਿਹੜੇ ਨੇ ਉਹ ਵਾਪਸ ਮੁੜੇਗੀ। ਮੀਂਹ ਪੈਣ ਉਪਰੰਤ ਮੀਨਾ ਨੇ ਸਤਰੰਗੀ ਪੀਂਘ ਦੇਖੀ ਉਸਨੂੰ ਕਿੰਨੇ ਰੰਗ ਦਿਖੇ ਤਾਂ ਮੈਨੂੰ ਪਤਾ ਸਾਨੂੰ ਜਿਹੜੀ ਜਦੋਂ ਸਤਰੰਗੀ ਪੀਂਘ ਬਣਦੀ ਹੈ ਤਾਂ ਸਾਨੂੰ ਜਿਹੜੇ ਨੇ 7 ਰੰਗ ਜਿਹੜੇ ਨੇ ਦਿਖਾਈ
देंदे ने। किसी वस्तु विच गति पैदा कर कारण होई ऊर्जा, जदों भी कोई गति कारण ऊर्जा पैदा होएगी उन्हें असी गतिज ऊर्जा कह लें, जी उस जेड़े ने कनेटिक एनर्जी कह लें। सूरज विच हाइड्रोजन डैश विच तब्दील होंदे ने, सानू पता है सूरज दी जेड़े ने हाइड्रोजन ने आइसोटोप मिलके जेड़े ने साडे कोल हीलियम बनता है, प्लस लार्ज अमाउंट ऑफ एनर्जी जेड़ी है पैदा होंदी है। अवरत काल का उल्ट की को आंदा है, सानू पता है जदों असी अवरत काल का उल्ट लिख दिए तां की चीज आएगी। एवें जदों एक वस्तु नूं उत्तर लेंस दे एफ अते दो विचकार रखिया जांदा है, प्रतिबिंब कित्थे बनता है, यह भी सिंपल क्वेश्चन है। इस तरह जेड़े ने एक गर्म अते एक ठंडी वस्तु एक दूजे नूं अलग थलां विच रखिया गया है, हेठ लिखे किस कारण गर्म दा तापमान जेड़े ने घटेगा। हुण इन्हां दोनों नूं की लिखिया है, ए हॉट एंड कोल्ड बॉडी आर कैप्ट इन ए वैक्यूम सेपरेटेड फ्रॉम ईच अदर, दोनों नूं एक दूजे तों सेपरेट रखता रखिया कीड़ी कंडीशन च है, वैक्यूम च रखिया है। विच ऑफ द फॉलोइंग काज डिक्रीज इन टेंपरेचर ऑफ द हॉट बॉडी, किस कारण जेड़े ने हॉट बॉडी का टेंपरेचर जेड़े ने वह डिक्रीज होंगे, आ चार चॉइस जेड़ियां ने सानू दित्तियां ने। इहदे बेस ते सी हुण जिवें आ लकड़ी दे एक चम्मच नूं आइसक्रीम दे प्याले विच डुबोया गया, इसका दूजा सिरा हुण मान लो आपां किसे चम्मच नूं चाहे गर्म च चाह च डुबोईए तां सानू पता उपरों जेड़े ने क्यों हो जांदा है, गर्म हो जांदा है। हुण उहने किस च डुबोता, उन्हें जेड़े ने आइसक्रीम च डुबोता, तो दूजा सिरा जेड़े ने तुसी महसूस किस तरह का करोगे, चालन कारण ठंडा हो गया, सवैन कारण ठंडा हो गया, विकरण कारण ठंडा हो गया, ठंडा नहीं होएगा। इन्हां विचों एक साडा जेड़े ने आंसर लिखा है, चन्न दीआं अवस्थावां दा की कारण है, आ जेड़े ने जिहड़ियां चन्न दीआं अवस्थावां ने आ चार अवस्थावां दित्तियां ने, इह किस कारण होया। अगला भोजन पकाउण दे बर्तना उत्ते ना चिपकन वाली परत हेठ लिखा विच किस प्लास्टिक दी हुंदी है, आपां नूं पता है जिहड़े भोजन पकाउण वाले बर्तन ने उहनां ते इक परत जिहड़ी है चढ़ाई जांदी है। उन्होंने पुछिया किस प्लास्टिक दी जिहड़ी है इह परत हुंदी है, इह वी क्वेश्चन दा आंसर दस्सिया जा सकदा है। ਕਿਹੜੀ ਆਧਾਰ ਨੂੰ ਪਾਣੀ ਦੀ ਸੁਰੱਖਿਆ ਰੱਖਿਆ ਜਾਂਦਾ ਹੈ, ਹਵਾ ਵਿੱਚ ਖੁੱਲ੍ਹ ਰੰਗਣ ਦੇ ਆਧਾਰ ਅੱਗ ਫੜ ਲੈਂਦੀ ਹੈ, ਇੱਥੇ ਧਾਤ ਦੀ ਨੀ ਗੱਲ ਕੀਤੀ, ਇੱਥੇ ਗੱਲ ਕੀਤੀ ਹੈ ਆਧਾਰ ਦੀ, ਆਧਾਰ ਦੱਸਣੀ ਹੈ ਨਾ ਕਿ ਅਸੀਂ ਧਾਤ ਦੱਸਣੀ। ਧਾਤਾਂ ਸੋਡੀਅਮ ਹਾਈਡ੍ਰੋਕਸਾਈਡ ਨਾਲ ਕਿਰਿਆ ਕਰਕੇ ਕਿਹੜੀ ਗੈਸ ਪੈਦਾ ਕਰਦੀਆਂ ਨੇ, ਹੁਣ ਕਿਰਿਆ ਧਾਤਾਂ ਕਿਹਦੇ ਨਾਲ ਕਰ ਰਹੀਆਂ ਨੇ, ਹਾਈਡ੍ਰੋਕਸਾਈਡ ਮੀਨ ਧਾਤਾਂ ਦੀ ਕਿਰਿਆ ਕਿਹਦੇ ਨਾਲ ਹੈ, ਖਾਰਾਂ ਦੇ ਨਾਲ ਹੈ, ਖਾਰਾਂ ਦੇ ਨਾਲ ਜਿਹੜੀ ਹੈ ਕਿਰਿਆ ਹੋਏਗੀ, ਕਿਹੜੀ ਗੈਸ ਪੈਦਾ ਹੋਏਗੀ, ਹੇਠ ਲਿਖਿਆਂ ਵਿੱਚੋਂ ਕਿਹੜਾ ਪਦਾਰਥ ਜਿਹੜੇ ਨੇ तो तैयार नहीं किया जा सकता, यह भी एक क्वेश्चन है साडे कोल जिहड़ा 2021 दे विच आया है। अधूरे बालन दे बलन नाल किहड़ी गैस बनती है, जदों बालन अधूरा बलदा है तां किहड़ी गैस जिहड़ी है बलदी है, यह भी क्वेश्चन पेपर दे विच आया है। सोडियम बाइकार्बोनेट जिहनूं असीं आम तौर ते बेकिंग सोडा कह लैंदे आ, गर्म करन ते किहड़ी गैस पैदा करदा है, वह भी सानूं पता है भी इन्हां विच्चों किहड़ी गैस जिहड़ी है पैदा होएगी। हेठ लिखे विचों केड़ा ना समाप्त होने वाला कुदरती साधन नहीं है, हुण इत्थे कई बार इत्थे भुलेखा पा दिंदे ने है या नहीं है, कई बार असीं पढ़न लगे गलती कर जांदे आ, असीं है आला पढ़ जांदे आ नहीं आला नहीं पढ़दे, पर इत्थे साधन की है नहीं है। इस तरह जिहड़े ने हेठ लिखे विचों केड़ा कुदरती सूचक नहीं है, ਉਹ ਇਹ ਵੀ ਇੱਕ ਕੁਐਸਚਨ ਹੈ। ਸਾਡੇ ਪੇਟ ਦੇ ਅੰਦਰ ਗੈਸਟ੍ਰਿਕ ਤੇਜ਼ਾਬ ਭੋਜਨ ਨੂੰ ਹਜ਼ਮ ਕਰਨ ਵਿੱਚ ਸਹਾਇਤਾ ਕਰਦਾ ਹੈ, ਕਿਹੜਾ ਤੇਜ਼ਾਬ ਜਿਹੜੇ ਨੇ ਸਾਡੇ ਪੇਟ ਦੇ ਵਿੱਚ ਹੈਗਾ ਜਿਹੜਾ ਇਸ ਗੈਸਟ੍ਰਿਕ ਜਿਹੜੇ ਨੇ ਭੋਜਨ ਨੂੰ ਹਜ਼ਮ ਕਰਨ ਵਿੱਚ ਸਹਾਇਤਾ ਕਰਦਾ ਹੈ। ਚੂਨੇ ਦੇ ਪਾਣੀ ਦਾ ਰਸਾਇਣਿਕ ਸੂਤਰ ਕੀ ਹੈ, ਅੱਗੇ ਮੁਲੰਮਾ ਕਰਨ ਲਈ ਕਿਹੜੀ ਧਾਤ ਦੀ ਵਰਤੋਂ ਕੀਤੀ ਜਾਂਦੀ ਹੈ, ਅਸੀਂ ਇਹ ਕਿਰਿਆ ਜਿਹੜੀ ਹੈ ਕਲਾਸ ਦੇ ਵਿੱਚ ਕਰਕੇ ਹੀ ਵੇਖੀ ਹੋਈ ਹੈ ਮੁਲੰਮਾ ਕਰਨ ਦੀ ਕਿਰਿਆ, ਤਾਂ ਕਿਹੜੀ ਜਿਹੜੀ ਹੈ ਧਾਤ ਦੀ ਜਿਹੜੀ ਹੈ ਵਰਤੋਂ ਕੀਤੀ ਜਾਂਦੀ ਹੈ। ਇਸ ਤਰ੍ਹਾਂ ਦੇ ਜਿਹੜੇ ਜਿਵੇਂ ਨਮਕ ਅਤੇ ਖਾਣ ਵਾਲਾ ਤੇਲ ਆਮ ਤੌਰ ਤੇ ਪ੍ਰੀਖਿਅਕ ਦੇ ਤੌਰ ਤੇ ਵਰਤੇ ਜਾਂਦੇ ਹਨ, ਜੈਮ ਅਤੇ ਸਪੈਸ਼ ਨੂੰ ਸੁਰੱਖਿਅਤ ਰੱਖਣ ਲਈ ਹੇਠ ਲਿਖਿਆਂ ਵਿੱਚੋਂ ਕਿਸ ਦੀ ਵਰਤੋਂ ਕੀਤੀ ਜਾਂਦੀ ਹੈ। ਜੇ ਆਚਾਰ ਦੇ ਵਿੱਚ ਅਸੀਂ ਨਮਕ ਤੇ ਖਾਣ ਵਾਲੇ ਤੇਲ ਦੀ ਵਰਤੋਂ ਕਰਦੇ ਹਾਂ, ਜੈਮ ਬਣਾਉਣੇ ਆ ਜਾਂ ਕੋਈ ਹੋਰ ਚੀਜ਼ ਬਣਾਉਣੇ ਆ ਤਾਂ ਸਾਨੂੰ ਪਤਾ ਅਸੀਂ ਉਹਨੂੰ ਕਿਹਦੇ ਚ ਰੱਖਦੇ ਹਾਂ, ਖੰਡ ਦੇ ਘੋਲ ਦੇ ਵਿੱਚ ਜਿਹੜੇ ਨੇ ਸੁਰੱਖਿਅਤ ਰੱਖਦੇ ਹਾਂ। ਹੇਠ ਲਿਖਿਆਂ ਵਿੱਚੋਂ ਕਿਹੜਾ ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਨਹੀਂ ਹੈ, ਗਲੋਬਲ ਵਾਰਮਿੰਗ ਲਈ ਜ਼ਿੰਮੇਵਾਰ ਹੈ ਅਲੱਗ ਚੀਜ਼ ਹੈ ਨਹੀਂ ਅਲੱਗ ਚੀਜ਼ ਹੈ, ਕੋਲਮ ਏ ਨੂੰ ਕੋਲਮ ਬੀ ਨਾਲ ਮਿਲਾਓ, ਆ ਕੋਲਮ ਏ ਤੇ ਕੋਲਮ ਬੀ ਦੇ ਦਿੱਤੇ ਨੇ। ਮੁੱਖ ਖੇਤਰ ਦੀ ਪੱਧਤੀਆਂ ਨੂੰ ਤਰਤੀਬ ਵਿੱਚ ਲਿਖੋ, ਦਾਣੇ ਹੈ, ਭੰਡਾਰਨ ਹੈ, ਵਾਢੀ ਹੈ, ਬਿਜਾਈ ਹੈ, ਸਿੰਚਾਈ ਹੈ, ਹਲ ਵਾਹੁਣਾ, ਖਾਦ ਪਾਉਣਾ। ਹੁਣ ਆਪਾਂ ਨੂੰ ਇੱਕ ਸੀਰੀ ਦੇਤੀ ਇਹਨੂੰ ਅਸੀਂ ਸਿਸਟਮ ਚ ਲਿਖਣਾ, ਪਹਿਲਾਂ ਅਸੀਂ ਜਿਹੜੇ ਨੇ ਤੁਸੀਂ ਦੇਖੋ ਪਹਿਲਾਂ ਅਸੀਂ ਜਿਹੜੇ ਨੇ
की करांगे सिंचाई करांगे, फिर असी जिहड़े ने की करांगे फिर जिहड़े ने हल चलावांगे या हल चलावांगे फिर सिंचाई करांगे फिर बिजाई करांगे, बिजाई तो बाद जिहड़े ने दाने पैदा होणगे दाने तो बाद जिहड़ी ने असी वाढ़ी करांगे वाढ़ी तो बाद जिहड़े ने असी उस नूं भंडारण करांगे। आ तरतीब लिखी है हेलियम चो किहड़ी रक्त वैनी दिल तो खून लैके फेफड़िआं तक जांदी है, आ चार सानूं पता है दित्तियां होईआं रक्त वैनीआं दित्तियां किहड़ी जिहड़ी है दिल तो लैके जिहड़ी खून जिहड़ी है लैके दिल तो खून लैंदी है फेफड़िआं नूं लैके जांदी है। अगे आ रस अंकुर कित्थों मिलदे ने पौधिआं विच पाए जाण वाले रंगदार निकड़िआं किहड़े ने, मनुख विच जिहड़े ने प्रजनन प्रणाली किस भाग विच शुक्राणुआं दा निर्माण हुंदा है शुक्राणुआं दा निर्माण किस भाग च हुंदा है, इस तरह के जिहड़े ने जिवें हुण लिखिआ हेलियम चो किहड़ा प्रवासी पंछी नहीं है, प्रवासी पंछी आपां नूं पता ही है जिहड़े प्रवास करदे ने तोता मैना आ सानूं चार जिहड़ियां चीजां दित्तियां ने किहड़ा जिहड़े ने हेलियम चो किहड़ा प्रवासी पंछी है तां साइंसी दस सकदे आ। अगे मासी चक्कर दे रुक जाण नूं की कहिंदे ने इह वी असीं इक क्वेश्चन आया होया पौधिआं विच लिंगी प्रजनन लई हेठ लिखे कथनां विचों किहड़ा कथन सही है, इस तरह के जिहड़े ने साडे कोल क्वेश्चन दित्ते होए ने। आ 130 क्वेश्चन की है पुराने अते सख्त जिहड़े ने बाणिआं विचों गैस की अदला बदली किस राही हुंदी है, इस तरह के जिहड़े ने सानू जिहड़े ने ये क्वेश्चन जिहड़े ने साइंस दे आए ने, एवें जिहड़े ने सानू जिहड़े ने पेपर दे विच जिहड़े ने क्वेश्चन मैथ दे आउणगे मैथ तो बाद जिहड़े ने सानू जिहड़े ने कोई हुण मैथ पोर्शन शुरू हो गया हुण मैथ पोर्शन च देखो तां की लिखिआ संख्या 729 दे वर्गमूल ते घनमूल ते क्रमवार संभावी इकाई दे अंक की हो सकदे ने, इहदा जिहड़े ने असीं वर्गमूल कढ़ीए तां सानू पता 729 दा वर्गमूल की है, जे असीं इहदा घनमूल कढ़ीए सानू उह वी पता है पर उहदा जिहड़े ने इकाई दा अंक की हो सकदा है इहनां विचों इह दसणा है। जिवें इक पासे नूं एक बार सुटिआ जांदा है तां संख्या दे 3 दे गुणज प्राप्त होण दी संभावना किन्नी होएगी, हुण आपां नूं 3 ਦਾ ਗੁਣਜ ਪੁੱਛਿਆ ਟੋਟਲ ਪਾਸੇ ਦੇ ਵਿੱਚ 6 ਨੇ ਤਾਂ 3 ਨੂੰ ਗੁਣਜ ਪ੍ਰਾਪਤ ਹੋਣ ਦੀ ਸੰਭਾਵਨਾ ਜਿਹੜੀ ਹੈ ਸਾਡੇ ਕੋਲ ਕੀ ਆਏਗੀ 1/6 ਹੋ ਜਾਏਗੀ। ਐਵੇਂ ਆਹ ਚੀਜ਼ਾਂ ਜਿਹੜੇ ਨੇ ਇਸ ਤਰ੍ਹਾਂ ਮੈਥ ਦੇ ਕੁਸ਼ਚਨ ਨੇ, ਉਸ ਤੋਂ ਬਾਅਦ ਜਿਹੜੇ ਨੇ ਮੈਥ ਤੋਂ ਬਾਅਦ ਜਿਹੜੇ ਹੁੰਦੀਆਂ ਆਹ ਕੁਸ਼ਚਨ ਹੈ ਪੇਪਰ ਦੇ ਵਿੱਚ ਵੀ ਜਿਹੜੇ ਨੇ ਪ੍ਰੀ ਬੋਰਡ ਦੇ ਵਿੱਚ ਵੀ ਕੁਸ਼ਚਨ ਆਇਆ ਸੀ ਕਟੌਤੀ ਪ੍ਰਤੀਸ਼ਤ, ਸਾਨੂੰ ਪਤਾ ਕਟੌਤੀ ਕਿਸ ਤੇ ਨਿਰਭਰ ਕਰਦੀ ਹੈ ਅੰਕਿਤ ਮੁੱਲ ਤੇ, ਤਾਂ ਸਾਡੇ ਕੋਲ ਜਿਹੜੇ ਨੇ ਕਟੌਤੀ ਵਟਾ ਅੰਕਿਤ ਮੁੱਲ ਇੰਟੂ 100 ਇਹ ਸਾਡੇ ਕੋਲ ਕਟੌਤੀ ਪ੍ਰਤੀਸ਼ਤ ਦਾ ਜਿਹੜੇ ਨੇ ਫਾਰਮੂਲਾ ਜਿਹੜੇ ਹੁਣ ਦੇਖੋ ਇੱਥੇ ਡਬਲ ਆ ਗਈ ਹੁਣ ਪੇਪਰ ਦੇ ਵਿੱਚ ਇੱਥੇ ਵੀ ਕਟੌਤੀ ਵਟਾ ਅੰਕਿਤ ਮੁੱਲ ਇੰਟੂ 100 ਕਟੌਤੀ ਵਟਾ ਅੰਕਿਤ ਮੁੱਲ ਇੰਟੂ 100 ਇਹ ਸੇਮ ਆ ਗਿਆ, ਸੇਮ ਚ ਤੁਸੀਂ ਜਿਹੜੇ ਨੇ ਨੀਅਰੈਸਟ ਆਨਸਰ ਹੋਏਗਾ ਉਹਨੂੰ ਚੂਜ਼ ਕਰ ਲਿਆ ਜੇ, ਉੱਥੇ ਇਹ ਨਾ ਘਬਰ ਜਿਹਾ ਜੇ ਵੀ ਆਹ ਦੋ ਦੇ ਆਨਸਰ ਤਾਂ ਸੇਮ ਆ ਗਏ ਹੁਣ ਕਿਹੜਾ ਚੂਜ਼ ਕਰੀਏ, ਤਾਂ ਤੁਸੀਂ ਜਿਹੜੇ ਨੇ ਜਿਹੜਾ ਨੀਅਰੈਸਟ ਆਨਸਰ ਤੁਹਾਨੂੰ ਲੱਗਦਾ ਉਹਨੂੰ ਚੂਜ਼ ਕਰ ਸਕਦੇ ਹੋ। ਇੱਕ ਤਰਬੂਜ ਵਿੱਚ ਅੱਧੀ ਕੋਨਾਂ ਦੀ ਸੰਖਿਆ ਹੋ ਡੈਸ਼ ਹੋ ਸਕਦੀ ਹੈ, ਕਿੰਨੀ ਅੱਧੀ ਕੋਨਾਂ ਦੀ ਜਿਹੜੀ ਹੈ ਸੰਖਿਆ ਹੋਏਗੀ ਉਹ ਆਪਾਂ ਜਿਹੜੇ ਨੇ ਦੱਸ ਸਕਦੇ ਹਾਂ। ਹੁਣ ਇਸ ਤਰ੍ਹਾਂ ਦੇ ਜਿਹੜੇ ਨੇ ਸਿੰਪਲ ਕੁਸਚਨ ਜਿਹੜੇ ਨੇ, ਹੁਣ ਇੱਕ ਵਸਤੂ 100 ਰੁਪਏ ਵਿੱਚ ਵੇਚ ਕੇ ਕੁਲਦੀਪ ਨੂੰ 20 ਰੁਪਏ ਲਾਭ ਹੁੰਦਾ ਹੈ, ਲਾਭ ਪ੍ਰਤੀਸ਼ਤ ਦੱਸੋ, ਸਾਨੂੰ ਲਾਭ ਪ੍ਰਤੀਸ਼ਤ ਦਾ ਜਿਹੜੇ ਨੇ ਫਾਰਮੂਲਾ ਆਉਣਾ ਚਾਹੀਦਾ ਬਈ ਪ੍ਰੋਫਿਟ ਜਿਹੜੀ ਹੈ ਪਰਸੈਂਟੇਜ ਜਾਂ ਗੇਨ ਪਰਸੈਂਟੇਜ ਕਿਹਦੇ ਤੇ ਹੁੰਦੀ ਹੈ। ਇੱਕ ਆਇਤ ਦੀ ਲੰਬਾਈ ਕੀ ਹੋਏਗੀ, ਚੌੜਾਈ ਦਿੱਤੀ ਹੈ ਪਰਿਮਾਪ ਦਿੱਤਾ, ਹੁਣ ਆਇਤ ਦੀ ਲੰਬਾਈ ਚੌੜਾਈ ਦਿੱਤੀ ਹੈ ਸਾਨੂੰ ਪਰਿਮਾਪ ਦਾ ਜਿਹੜੇ ਨੇ ਫਾਰਮੂਲਾ ਆਉਣਾ ਚਾਹੀਦਾ। ਇਸ ਤਰ੍ਹਾਂ ਜਿਹੜੇ ਨੇ ਮੈਥ ਦੇ ਜਿਹੜੇ ਨੇ ਕੁਸਚਨ ਹੋਣਗੇ, ਉਸ ਤੋਂ ਬਾਅਦ ਸਾਡੇ ਕੋਲ ਜਿਹੜੇ ਨੇ ਐਸ ਐਸ ਦੇ ਆ ਗਏ, ਜੇ ਐਸ ਐਸ ਦੇ ਜਿਵੇਂ ਭਾਰਤ ਵਿੱਚ ਸੁੱਤੀ ਕੱਪੜੇ ਦਾ ਪਹਿਲਾ ਦਿਓ ਕਿੱਥੇ ਲੱਗਿਆ ਇਹ ਅਸੀਂ ਜਿਹੜੇ ਨੇ ਅਨਸਰ ਦੱਸ ਸਕਦੇ ਹਾਂ। ਉਸ ਤੋਂ ਬਾਅਦ ਭਾਰਤ ਵਿੱਚ ਲੈਬਸ ਨੀਤੀ ਦੀ ਜਿਹੜੀ ਹੈ ਕਿਸ ਨੇ ਸ਼ੁਰੂਆਤ ਜਿਹੜੀ ਹੈ ਕੀਤੀ ਇਹ ਵੀ ਅਨਸਰ ਤੁਹਾਨੂੰ ਪਤਾ ਹੈ, ਮਿੱਟੀ ਪਾਣੀ ਦਰਖਤ ਪੱਤਰ ਪੱਥਰ ਆਦਿ ਕਿਹੜੇ ਸਾਧਨ ਜਾਂ ਸੋਮੇ ਹਨ ਇਹ ਵੀ ਸਾਨੂੰ ਪਤਾ ਹੈ। ਇਸ ਤਰ੍ਹਾਂ ਦੇ ਜਿਹੜੇ ਨੇ ਸਾਡੇ ਕੋਲ ਐਸ ਐਸ ਦੇ ਕੁਸਚਨ ਹੋਣਗੇ, ਤਾਂ ਟੋਟਲ ਜਿਹੜੇ ਨੇ ਸਾਨੂੰ ਮੈਟ ਦੇ ਵੀ 90 ਕੁਸਚਨ ਨੇ, ਟੋਟਲ ਸੈਟ ਦੇ ਵੀ ਜਿਹੜੇ ਨੇ 90 ਕੁਸਚਨ ਨੇ, ਉਹ ਤੁਸੀਂ ਲਾਸਟ ਤੇ ਦੇਖੋਗੇ ਇਹਦਾ ਜਿਹੜੇ ਨੇ ਅਨਸਰ ਜਿਹੜੇ ਨੇ ਸਾਡੇ ਕੋਲ ਕੀ ਆਏਗਾ ਜਦੋਂ ਅਸੀਂ ਇਹਨੂੰ ਸਾਰਾ ਕੰਪਲੀਟ ਕਰਾਂਗੇ ਤਾਂ ਸਾਡੇ ਕੋਲ ਟੋਟਲ ਜਿਹੜੇ ਨੇ 90 ਕੁਸਚਨ ਮੈਥ ਦੇ ਨੇ, 90 ਕੁਸਚਨ ਜਿਹੜੇ ਨੇ ਸੈਟ ਦੇ ਨੇ, ਇਹਨਾਂ ਨੂੰ ਮਿਲਾ ਕੇ ਜਿਹੜੇ ਨੇ ਸਾਡਾ ਪਿਛਲੀ ਵਾਰੀ ਆਇਆ ਹੋਇਆ 2021 ਦਾ ਜਿਹੜੇ ਨੇ ਪੇਪਰ ਹੈ, ਇਸ ਪੇਪਰ ਨੂੰ ਪ੍ਰੈਕਟਿਸ ਕਰਕੇ ਜਿਹੜੇ ਪ੍ਰੀਵੀਅਸ ਈਅਰ ਚ ਆਏ ਹੋਏ ਪੇਪਰ ਜਿਹੜੇ ਨੇ ਉਹਨਾਂ ਦੀ ਪ੍ਰੈਕਟਿਸ ਕਰਕੇ ਅਸੀਂ ਇਸ ਪੇਪਰ ਨੂੰ ਜਿਹੜੇ ਨੇ ਜਿਹੜਾ ਸਾਡਾ 5 ਫਰਵਰੀ ਨੂੰ ਹੋਣ ਜਾ ਰਿਹਾ ਉਸ ਪੇਪਰ ਨੂੰ ਜਿਹੜੇ ਨੇ ਅਸੀਂ ਕੁਆਲੀਫਾਈ ਕਰ ਸਕਦੇ ਹਾਂ। ਥੈਂਕ ਯੂ ਜੀ।